ਜੀ ਸਾਰੇ ਵੀਰ ਭਰਾਵਾਂ ਨੂੰ ਤੇ ਅੱਜ ਸਾਡੇ ਕੋਲ ਪਹੁੰਚੇ ਹੋਏ ਨੇ ਮਸ਼ਹੂਰ ਜੋੜੀ ਕਰਨ ਗਿੱਲ ਜੀ ਤੇ ਨਾਲ ਮਨਜੋਤ ਗਿੱਲ ਜੀ ਉਹ ਸੁਣੋ ਭਾਈ ਜੀ ਕੀ ਹਾਲ ਚਾਲ ਆ ਰਸਤੇ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਨਹੀਂ ਆਈ ਨਾ ਫਿਰ ਵਧੀਆ ਗੱਲ ਹੈ ਜੇ ਦਿੱਕਤ ਮੇਰੀ ਸਹੇਲੀ ਦਾ ਨਾਮ ਆ ਮੈਂ ਉਹ ਪੁੱਛ ਰਿਹਾ ਵੀ ਉਹ ਤਾਂ ਨਹੀਂ ਆਈ ਨਾ ਨਹੀਂ ਆਈ ਜੀ ਤੇ ਹੋਰ ਭਾਬੀ ਜੀ ਠੀਕ ਠਾਕ ਜੀ ਤੇ ਮੈਂ ਸੁਣਿਆ ਤੁਸੀਂ ਅੱਜ ਕੱਲ੍ਹ ਬਹੁਤ ਸ਼ਾਏ ਪਏ ਜੇ ਮੈਂ ਵੀ ਦੇਖ ਰਿਹਾ ਤੁਹਾਡੀਆਂ ਵੀਡੀਓ ਬਹੁਤ ਘੈਂਟ ਹੁੰਦੀਆਂ ਬਹੁਤ ਗੁੱਡ ਕੱਪਲ ਜੇ ਵਾਹਿਗੁਰੂ ਮੇਹਰ ਕਰੇ ਕਿਰਪਾ ਰੱਖੇ ਏਦਾਂ ਹੀ ਵੀਰ ਤੇ ਸਾਡੀ ਰਿਸ਼ਤੇਦਾਰੀ ਉੱਥੋਂ ਫਿਰ ਵਿਆਹ ਹੋ ਗਿਆ ਏਦਾਂ ਬਾਕੀ ਬਾਬੇ ਨੇ ਕਰਤੀ ਮੇਹਰ ਵਾਹਿਗੁਰੂ ਨੇ ਹਾਂਜੀ ਹਾਂਜੀ ਬਾਕੀ ਮਨਜੋਤ ਜੀ ਨੂੰ ਤੁਸੀਂ ਪੁੱਛ ਸਕਦੇ ਹੋ ਹਾਂਜੀ ਮਨਜੋਤ ਜੀ ਰਾਤ ਦੇ ਤੁਰੇ ਸੀ ਭਾਬੀ ਨੂੰ ਤੇ ਬਹੁਤ ਥੱਕੇ ਪਏ ਆ ਤੇ ਵੀਰ ਜੀ ਓਦਾਂ ਐਕਟਿਵ ਆ ਭਾਬੀ ਥੋੜੇ ਜੇ ਥੱਕੇ ਆ ਬਾਕੀ ਕੋਈ ਨੀ ਇਹਨਾਂ ਨੂੰ ਆਪਾਂ ਐਨਰਜੀ ਡਰਿੰਕ ਬਣਾਉਂਦੇ ਹਾਂ ਤੇ ਫਿਰ ਕਰਦੇ ਹਾਂ ਆਪਾਂ ਚਾਲੂ ਸੋ ਗਾਈਸ ਵੇਟ ਕਰੋ ਸੋ ਅਸੀਂ ਗਾਈਸ ਚਾਹ ਬਣਾਈ ਸੀ ਚਾਹ ਬਣਾ ਕੇ ਪਿਆਤੀ ਆ ਭਾਬੀ ਜੀ ਨੂੰ ਤੇ ਭਾਬੀ ਫੁੱਲ ਐਨਰਜੀ ਦੇ ਵਿੱਚ ਤੁਹਾਡੇ ਸਾਹਮਣੇ ਬੈਠੇ ਨੇ ਤੇ ਵੀਰ ਜੀ ਵੇਖੋ ਕਿੱਦਾਂ ਭਾਲੂ ਨਾਲ ਖੇਡ ਰਹੇ ਨੇ ਲਾਟੂ ਲਾਟੂ ਤੇਰਾ ਸੋ ਵਾਟ ਦਾ ਲਾਟੂ ਤੇਰਾ ਸੋ ਵਾਟ ਦਾ ਲਾਟੂ ਸਰ ਆਪਾਂ ਚਲੋ ਮੁੱਦੇ ਤੋਂ ਭਟਕਣਾ ਨੀ ਭਟਕਣਾ ਤੇ ਹੁਣ ਤੁਸੀਂ ਦੱਸੋ ਵੀ ਕੀ ਲਓਗੇ ਦਾਦੀ ਜੀ ਠੀਕ ਨੀ ਸੀ ਕਰਕੇ ਛੇਤੀ ਵਿਆਹ ਹੋ ਗਿਆ ਮਤਲਬ ਅਰੇਂਜ ਮੈਰਿਜ ਹੈ ਜੀ ਸਾਡੀ ਅਰੇਂਜ ਤੋਂ ਲਾਓ ਹੀ ਅਰੇਂਜ ਵਾਹ ਜੀ ਵਾਹ ਮਤਲਬ ਮਹਾਰਾਜ ਨੇ ਬਣਾਈਆਂ ਜੋੜੀਆਂ ਮੁੰਡਾ ਕੁੜੀ ਨੇ ਉਹਨਾਂ ਸੋਹਣਾ ਕੁੜੀ ਮੁੰਡੇ ਨੇ ਸੋਹਣਾ ਸੋਹਣੀ ਤੇ ਫੁੱਫੜ ਜੀ ਨੂੰ 1000 ਰੁਪਏ ਇਨਾਮ ਵਾਹ ਜੀ ਵਾਹ ਕਿਆ ਬਾਤ ਹੈ ਤੇ ਬਾਕੀ ਤੁਸੀਂ ਦੱਸੋ ਭਾਬੀ ਜੀ ਤੁਹਾਨੂੰ ਕਿੱਦਾਂ ਦਾ ਫੀਲ ਹੋਇਆ ਇਹਨਾਂ ਦੀ ਫੈਮਿਲੀ ਦੇ ਵਿੱਚ ਆ ਕੇ ਵਧੀਆ ਬਹੁਤ ਵਧੀਆ ਮੇਰਾ ਸੱਸ ਦਾ ਪਿਆਰ ਕਿਦਾਂ ਦਾ ਲੱਗਾ ਵਾਹ ਜੀ ਵਾਹ ਤੇ ਸਹੁਰਾ ਸਾਹਿਬ ਤੁਹਾਨੂੰ ਕਿੱਦਾਂ ਦੇ ਲੱਗੇ ਤੁਹਾਨੂੰ ਮੈਂ ਤੁਹਾਨੂੰ ਧੀਆਂ ਵਾਂਗੂ ਰੱਖਿਆ ਕੀ ਮਤਲਬ ਨੌਂ ਵਾਂਗੂ ਰੱਖਿਆ ਬਾਕੀ ਪਿਆਰ ਵੇਖੋ ਤੁਸੀਂ ਏਦਾਂ ਹੀ ਮਹਾਰਾਜ ਬਣਾਈ ਰੱਖੇ ਤੇ ਤੁਸੀਂ ਇਹ ਦੱਸੋ ਵੀ ਬਲੌਗਸ ਕਦੋਂ ਆ ਰਹੇ ਤੁਹਾਡੇ ਨਵੇਂ ਤੋਂ ਨਵੇਂ ਵਧੀਆ ਤੋਂ ਵਧੀਆ ਬਲੌਗਸ ਬਸ ਅਸੀਂ ਕੰਟੈਂਟ ਕਰੀ ਜਾਂਦੇ ਕ੍ਰੀਏਟ ਜਿਵੇਂ ਜਿਵੇਂ ਆਈ ਜਾਂਦੇ ਆ ਬਲੌਗ ਤੁਹਾਨੂੰ ਦੇਖਣ ਨੂੰ ਅੱਗੇ ਅੱਗੇ ਠਾਹ ਠਾਹ ਹੀ ਮਿਲਦੇ ਆ ਕਿਤੇ ਕਹੋਗੇ ਠੀਕ ਆ ਵਧੀਆ ਚੀਜ਼ ਲਿਆਵਾਂਗੇ ਜਿਹੜੇ ਤੁਸੀਂ ਹੱਸੋ ਹਾਂਜੀ ਇੰਜੋਏ ਕਰੋ ਫੈਮਿਲੀ ਨਾਲ ਬਹਿ ਕੇ ਵੇਖਣ ਵਾਲੇ ਹੋ ਫੈਮਿਲੀ ਵਾਲੇ ਆ ਆਪਣੇ ਸਾਰੇ ਕੋਈ ਤੁਹਾਡੇ ਮਾਈਕ ਤੇ ਮੈਸੇਜ ਆਈ ਜਾਂਦੇ ਆ ਆਓ ਇਹਨੂੰ ਸਾਈਲੈਂਟ ਕਰ ਦੋ ਇਦਾਂ ਹੀ ਕਿਉਂ ਕਰਦੇ ਨੇ ਦੇ ਬਾਕੀ ਪਿਆਰ ਦੇਣ ਵਾਲਿਆਂ ਨੂੰ ਧੰਨਵਾਦ ਹੈ ਵੀਰ ਜੀ ਜਿਹੜਾ ਇਹਨਾਂ ਨੂੰ ਇੰਨਾ ਪਿਆਰ ਕਰਦੇ ਆ ਤੇ ਹੇਟਰ ਵਾਲੀ ਤੁਹਾਨੂੰ ਪਤਾ ਹੀ ਆ ਫਿਰ ਕੀ ਕਹਿਣਾ ਮੈਂ ਉਹ ਕਹਿ ਦਿੰਦਾ ਉਹ ਬਾਅਦ ਚ ਤੁਸੀਂ ਸਮਝ ਰਹੇ ਨਾ ਤੇ ਹੋਰ ਦੱਸੋ ਤੁਸੀਂ ਪਿੰਡ 'ਚ ਕਿੱਦਾਂ ਤੁਹਾਨੂੰ ਮਤਲਬ ਪਿਆਰ ਜਿੱਦਾਂ ਤੁਸੀਂ ਜਾਂਦੇ ਜੇ ਮਤਲਬ ਬਾਜ਼ਾਰ ਨੂੰ ਜਾਂ ਉੱਦਾਂ ਮਾਰਕੀਟ ਤੇ ਤੁਹਾਨੂੰ ਕਿੱਦਾਂ ਦਾ ਪਿਆਰ ਮਿਲਦਾ ਪਬਲਿਕ ਨੂੰ ਨਹੀਂ ਬਹੁਤ ਹੀ ਵਧੀਆ ਸਾਨੂੰ ਸ਼ਹਿਰ ਵਾਲੇ ਤਾਂ ਬਹੁਤ ਹੀ ਜ਼ਿਆਦਾ ਜਿਹੜੇ ਜ਼ਿਲ੍ਹੇ ਦੇ ਲੋਕ ਆ ਹਾਂਜੀ ਹਾਂਜੀ ਬੜਾ ਪਿਆਰ ਕਰਦੇ ਕਿ ਸਾਡੇ ਸ਼ਹਿਰ ਦਾ ਵੀ ਅੱਗੇ ਹੁੰਦਾ ਵਾ ਪਿਆਰ ਮਿਲਦਾ ਮਤਲਬ ਤੁਸੀਂ ਜਿੱਦਾਂ ਵੀਰ ਨਾਲ ਜਾਂਦੇ ਸੀ ਬਾਜ਼ਾਰ ਨੂੰ ਮਤਲਬ ਤੁਹਾਨੂੰ ਵੀ ਉਹਨਾਂ ਪਿਆਰ ਮਿਲਦਾ ਕਿ ਤੁਹਾਨੂੰ ਜ਼ਿਆਦਾ ਮਿਲਦਾ ਕਿ ਘੱਟ ਮਿਲਦਾ ਤੁਸੀਂ ਵਿਸਥਾਰ ਚ ਦੱਸੋ ਕੋਈ ਜ਼ਿਆਦਾ ਘੱਟ ਜ਼ਿਆਦਾ ਮਿਲਦਾ ਭਾਬੀ ਨੂੰ ਜ਼ਿਆਦਾ ਮਨਜੋਤ ਦਰਸ਼ਕਾਂ ਨੂੰ ਜ਼ੋਰਦਾਰ ਤਾੜੀਆਂ
ਦੇਖੋ ਸਾਡੇ ਨਾ ਥੋੜੇ ਚਾਹਵਾਨ ਵੀ ਜਿਹੜੇ ਨਾ ਕਈ ਵਾਰੀ ਕਮਲ ਵਾਲੇ ਭਾਈ ਡੇਗ ਤੇ ਲਾਏ ਹੋਏ ਆਪਣੇ ਆਪਣੇ ਨਿਆਣੇ ਦੇ ਨਾਲ ਡੇਗ ਜਣ ਲੱਗਾ ਸੀ ਸੱਟ ਲੱਗ ਜਣ ਲੱਗੀ ਸੀ ਫਿਰ ਇਹਨਾਂ ਨੇ ਆਖਣਾ ਸੀ ਵੀ ਮਤਲਬ ਕਪਲਸ ਆ ਗਏ ਤੇ ਇਹਨਾਂ ਨੂੰ ਨੁਕਸਾਨ ਕਰਤਾ ਨੁਕਸਾਨ ਤੇ ਕਿਸੇ ਦਾ ਕਰਦੇ ਨਹੀਂ ਵੈਸੇ ਵਾਹ ਜੀ ਵਾਹ ਵੀਰ ਦਰਸ਼ ਰੋਜ਼ ਨਾਲ ਖੇਡਦੇ ਕਿਆ ਬਾਤ ਹੈ ਕਿਆ ਬਾਤ ਹੈ ਲਾਟੂ ਦੇ ਨਾਲ ਖੇਡਦੇ ਹੋਏ ਵੀਰ ਜੀ ਤੇ ਬਾਕੀ ਮੈਂ ਗੱਲ ਕਰ ਰਿਹਾ ਸੀ ਵੀ ਕਈ ਲੋਕ ਵਧੀਆ ਕਮੈਂਟ ਕਰਦੇ ਚਲੋ ਉਹਨਾਂ ਦਾ ਧੰਨਵਾਦ ਆ ਬਾਕੀ ਕਈ ਮਾੜਾ ਕਰਦੇ ਆ ਉਹਨਾਂ ਤੋਂ ਚਲੋ ਮਹਾਰਾਜ ਕਿਰਪਾ ਹੀ ਰੱਖੇ ਚੜ੍ਹਦੀ ਕਲਾ ਰੱਖੇ ਤੇ ਮੈਂ ਸੀਰੀਅਸ ਨਹੀਂ ਹੋ ਗਿਆ ਸੀਰੀਅਸ ਹੋ ਗਿਆ ਮੈਂ ਜ਼ਿਆਦਾ ਸੀਰੀਅਸ ਹੋ ਗਿਆ ਬਾਕੀ ਬਾਈ ਜੀ ਤੁਸੀਂ ਜਿਹੜੀਆਂ ਮਤਲਬ ਰੀਲਸ ਤੇ ਤੁਸੀਂ ਘੱਟ ਕਿਉਂ ਆ ਰਹੇ ਹੁਣ ਸੋਚਦੇ ਬਾਲਾ ਵਧੀਆ ਵਾ ਬਾਕੀ ਦੱਸਣਗੇ ਥੋੜੀਆਂ ਪਿਆਰ ਵਾਲੀਆਂ ਰੋਮਾਂਟਿਕ ਵਾਲੀਆਂ ਤੇ ਜਿਹਨਾਂ ਸੋ ਗਾਇਸ ਫੇਰ ਵਾਪਸ ਆ ਗਏ ਆਪਾਂ ਬ੍ਰੇਕ ਤੋਂ ਬਾਅਦ ਜ਼ੋਰਦਾਰ ਤਾੜੀਆਂ 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 ਪੂਰੀ ਤੇ ਨਹੀਂ ਮਤਲਬ ਤੁਸੀਂ ਹੁਣ ਸੁਣਦੇ ਨੀ ਸ਼ਾਨਦਾਰ ਸਮਾਈਲ ਭਾਬੀ ਦੀ ਵਾਹ ਜੀ ਵਾਹ ਨਹੀਂ ਮਤਲਬ ਕਈਆਂ ਦੇ ਸੁਭਾਅ ਚੇਂਜ ਹੋ ਜਾਂਦੇ ਨਾ ਜਿੱਦਾਂ ਵਿਆਹ ਤੋਂ ਪਹਿਲਾਂ ਤੇ ਵਿਆਹ ਤੋਂ ਬਾਅਦ ਹੋਰ ਹੁੰਦਾ ਤੇ ਮਤਲਬ ਤੁਸੀਂ ਤੁਸੀਂ ਮਤਲਬ ਪਹਿਲਾਂ ਨੇਰ ਪਾ ਦਿੰਦੇ ਸੀ ਮਤਲਬ ਐ ਧੁੱਕੀ ਰੋਲ ਦਿੰਦੇ ਭੌਂਕੀ ਜਾਂਦੇ ਮੇਰੇ ਵਾਂਗੂ ਇਹਦੇ ਵਿੱਚ ਨਹੀਂ ਯਾਰ ਹਾਂਜੀ ਹਾਂਜੀ ਠੀਕ ਹੈ ਤੇ ਮਤਲਬ ਮੈਂ ਤੁਹਾਨੂੰ ਪੁੱਛ ਰਿਹਾ ਸੀ ਮਤਲਬ ਤੁਸੀਂ ਕਦੀ ਬਾਥਰੂਮ ਦੇ ਵਿੱਚੋਂ ਸਾਬਣ ਚੁੱਕਿਆ ਹੋਵੇ ਹੋਟਲ ਜਾਂਦੇ ਆ ਕਦੇ ਵੀ ਨਹੀਂ ਤੇ ਕਿਤੇ ਗਏ ਹੋ ਤੇ ਤੁਹਾਨੂੰ ਕੋਈ ਚੀਜ਼ ਵਧੀਆ ਲੱਗੀ ਹੋਵੇ ਤੇ ਤੁਸੀਂ ਚੁੱਕ ਕੇ ਜੇਬ ਚ ਪਾ ਲਈ ਹੋਵੇ ਨਹੀਂ ਮੈਂ ਜਦ ਦਾ ਘਰ ਤੇ ਆਪਣਾ ਇੱਦਾਂ ਹੀ ਭਰਿਆ ਗੱਡੀ ਵੀ ਚੱਕਣੀ ਤੁਹਾਡੇ ਵਾਲੀ ਲੈ ਜਾਣੀ ਆਪਣੇ ਤੇ ਭਾਬੀ ਕਦੀ ਤੁਸੀਂ ਮਤਲਬ ਵੱਟੋ ਵੱਟੀ ਸੋ ਗਾਇਸ ਨੈਕਸਟ ਸਵਾਲ ਭਾਬੀ ਤੇ ਵੀਰ ਜੀ ਸਤਿ ਸ਼੍ਰੀ ਅਕਾਲ ਯੂਟਿਊਬ ਚੈਨਲ ਤੁਸੀਂ ਥੋੜਾ ਅੱਗੇ ਆ ਜਾਓ ਤੁਸੀਂ ਮੇਰੇ ਨਾ ਕੈਮਰੇ ਚ ਨਹੀਂ ਆ ਰਹੇ ਥੋੜਾ ਹਾਂਜੀ ਤੁਸੀਂ ਵੀ ਥੋੜਾ ਸਟ੍ਰੇਟ ਫਿਟ ਸਟੈਂਡ ਸਟੈਂਡ ਨੈਸ਼ਨਲ ਐਂਥਮ ਜੈ ਲੇਗ ਤੇ ਬਾਈ ਜੀ ਤੁਹਾਡਾ ਅੱਗੇ ਦਾ ਕੀ ਪਲਾਨ ਹੈ ਮਤਲਬ ਤੁਸੀਂ ਹੁਣ ਕੀ ਸੋਚਿਆ ਬਾਹਰ ਜਾਣ ਦਾ ਜਾਂ ਇੱਥੇ ਮਤਲਬ ਕਿੱਦਾਂ ਮਤਲਬ ਮੱਝਾਂ ਮੁੱਝਾਂ ਚਾਰਨੀਆਂ ਅੱਗੇ ਮਤਲਬ ਕੁਛ ਨਹੀਂ ਸੋਚਿਆ ਜੀ ਮੇਰਾ ਤੇ ਮੈਂ ਤਾਂ ਸੋਚਿਆ ਮੈਂ ਤੇ ਉਹ ਦੁਕਾਨ ਪਾਉਣੀ ਹੈ ਕਰਿਆਨੇ ਦੀ ਗੇਟ ਖੋਲ ਦਿੱਤੇ ਜਾਵੇ ਕਿਉਂਕਿ ਕਿਊਟ ਕਪਲਸ ਆ ਰਹੇ ਆ
ਸੀਰੀਜ਼ ਵੀ ਵੇਖਾਂਗੇ, ਸੀਰੀਜ਼ ਵਧੀਆ ਜੀ ਬਣਾਵਾਂਗੇ ਪੂਰੀ ਘੈਂਟ। ਓਕੇ ਠੀਕ ਆ ਠੀਕ ਆ, ਤੇ ਜਿਹੜੇ ਸਾਰੇ ਲੋਕ ਪਸੰਦ ਕਰਨ। ਹਾਂਜੀ ਹਾਂਜੀ, ਥਾਲੀ ਹੋਵੇ ਪੂਰੀ ਥਾਲੀ ਥਾਲੀ, ਮਤਲਬ ਇਦਾਂ ਹੀ ਪਿਆਰ ਕਰਨ ਤੇ ਮਤਲਬ ਆਹੋ ਤੇ ਮਤਲਬ ਆਹੋ। ਤੇ ਭਾਬੀ ਜੀ ਤੁਸੀਂ ਦੱਸੋ ਵੀ ਜੇ ਤੁਸੀਂ ਮਤਲਬ ਡਾਕਟਰ ਬਣ ਗਏ ਤੇ ਤੁਸੀਂ ਰੀਲਸ ਕਰੋਗੇ, ਵੀਡੀਓਸ ਕਰੋਗੇ, ਵਲੋਗਿੰਗ ਕਰੋਗੇ? ਓਕੇ, ਸ਼ਾਮ ਨੂੰ ਤੁਸੀਂ ਵਿਹਲੇ ਹੁੰਦੇ ਹੋ ਸ਼ਾਮ ਨੂੰ, ਵੈਰੀ ਗੁੱਡ ਵੈਰੀ ਗੁੱਡ, ਯੋਰ ਤਾਲ ਕਲੈਪਿੰਗ। 10 ਨੰਬਰ ਮਿਲਦੇ ਹੋਏ ਛੋਟੂ, ਦੋ ਚਿਪਸ ਦੇ ਪੈਕਟ ਲੈ ਕੇ ਦੇਈ ਮੈਡਮ ਦੇਣੇ ਆਪਾਂ, ਮੈਡਮ ਜਿੱਤ ਗਏ। ਤੇ ਮੈਂ ਤੁਹਾਨੂੰ ਹੁਣ ਦੋ ਤਿੰਨ ਸਵਾਲ ਪੁੱਛਦਾ, ਦੋ ਤੇ ਤਿੰਨ ਸਵਾਲ ਬਸ ਪੁੱਛਣੇ, ਠੀਕ? ਅਸੀਂ ਆ ਗਿਆ ਵਾਪਸ, ਯਾ ਆ ਕੱਟ ਦਿਓ ਤੇ ਘਰ ਦੇ ਬਾਹਰ ਆ ਨਾ ਥੋੜਾ, ਤੇ ਆਂਟੀ ਬੜੀ ਕਿੱਲਦੀ ਬੜੀ ਆ, ਸਾਡੀ ਮੰਮੀ ਨੀ ਆਏ ਉਹ ਉਹਨਾਂ ਬੜੇ ਕਿੱਲਦੇ ਆ, ਉਹ ਬਾਹਰਲੇ ਬੰਨੇ ਸਾਡੀ ਮੰਮੀ ਨੂੰ ਬਹੁਤ ਸ਼ਾਂਤ ਰਹਿੰਦੀ, ਪਾਠ ਕਰਦੇ ਰਹਿੰਦੇ, ਦਿਲਦਾਰ ਦੀ ਪਾਠ ਕਰਦੇ ਰਹਿੰਦੇ ਹੋ। ਤੇ ਹਾਂਜੀ ਗਾਇਸ, ਤੇ ਮੈਮ ਮੈਂ ਨਾ ਤਿੰਨ ਚਾਰ ਸਵਾਲ ਪੁੱਛਣਾ ਚਾਹੁੰਦਾ। ਸੋ ਗਾਇਸ, ਤੇ ਮੈਂ ਤੁਹਾਨੂੰ ਭਾਬੀ ਜੀ ਤਿੰਨ ਤਿੰਨ ਕੁ ਸਵਾਲ ਪੁੱਛਣੇ ਆ, ਟਰੂ ਐਂਡ ਫਾਲਸ, ਤੇ ਜੇ ਤੁਸੀਂ ਤਿੰਨਾਂ 'ਚ ਜਿੱਤ ਗਏ ਤੇ ਫਿਰ ਕਰਨਵੀਰ ਨੂੰ ਕੋਈ ਪਨਿਸ਼ਮੈਂਟ ਨਹੀਂ ਮਿਲੇਗੀ, ਤੇ ਜੇ ਤੁਸੀਂ ਹਾਰ ਗਏ ਤੇ ਫਿਰ ਬੈਠਕਾਂ ਕਢਾਵਾਂਗੇ। ਤੇ ਛੋਟੂ ਚਾਹ ਗਏ ਸੀ ਭਾਈ, ਉਹ ਲੈ ਅਮਰੂਦ ਲੈ ਕੇ ਆ ਕੇ ਨਾ, ਮਰੂਦ ਸਜਾਵਟ ਲਈ ਆ, ਮਤਲਬ ਆ ਵੇਖੋ ਇਦਾਂ ਸਜਾਵਟ ਰੱਖਣੀ, ਕਿੰਨਾ ਕਿਊਟ ਜਿਹਾ ਮਰੂਦ ਹੈ, ਆਪਾਂ ਇਦਾਂ ਰੱਖਣਾ। ਹੋਰ ਦੀਦੀ ਕੁਛ ਲਓਗੇ, ਚਾਹ ਪਾਣੀ ਨਹੀਂ ਮਤਲਬ ਦਓਗੇ ਸਾਨੂੰ? ਠੀਕ ਹੈ ਚਲੋ, ਤੇ ਮੈਂ ਤਿੰਨ ਕੁ ਸਵਾਲ ਪੁੱਛਣੇ, ਟਰੂ ਐਂਡ ਫਾਲਸ। ਟਰੂ ਐਂਡ ਫਾਲਸ ਨਹੀਂ, ਟਰੂ ਟਰੂ ਨਹੀਂ, ਟਰੂ ਫਾਲਸ ਜੇ ਗਲਤ ਹੋ ਗਏ ਤੇ ਫਿਰ ਤੁਹਾਨੂੰ ਪਨਿਸ਼ਮੈਂਟ ਹੈ। ਕਰਨਵੀਰ ਤੁਹਾਡੀ ਕੇਅਰ ਕਰਦੇ ਆ ਕਿ ਨਹੀਂ? ਟਰੂ 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 ਅਗੇ, ਕਦੀ ਕਦੀ ਤੁਸੀਂ ਕਰਨਵੀਰ ਦੇ ਪਰਸ ਚੋਂ ਪੈਸੇ ਕੱਢਦੇ ਫੜੇ ਗਏ ਹੋ? ਫਾਲਸ। ਤੇ ਜੇ ਇੱਕ ਜੇ ਹੁਣ ਗਲਤ ਨਿਕਲਿਆ ਫਿਰ ਵੀ ਫਿਰ ਨਹੀਂ ਉਦਾਂ ਆਪਾਂ ਸਵਾਲ ਜ਼ਿਆਦਾ ਸਿਰ ਨੂੰ ਪੇਸ਼ੀ ਰੱਖੀ ਦੇ ਸਵਾਲ ਹੀ ਗਲਤ ਹੋ ਗਿਆ। ਤੇ ਜੇ ਇੱਕ ਆ ਵੀ ਗਲਤ ਹੋ ਗਿਆ ਨਾ ਫਿਰ ਵੀ ਪਨਿਸ਼ਮੈਂਟ ਮਿਲਣੀ ਆ, ਕਿਉਂਕਿ ਇੱਕ ਐਸੇ ਇੱਕ ਸਹੀ ਤੇ ਦੋ ਠੀਕ ਹਨਾ। ਤੇ ਹੁਣ ਮੈਂ ਤੇਰਾ ਜਿਹਾ ਪੁੱਛਣਾ, ਯੂ ਨੋ ਆਪਾਂ ਬੈਠਕਾਂ ਲਵਾਉਣੀ ਆ ਬਾਈ ਕੋਲੋਂ, ਤੇ ਵਿੱਚੇ ਮੇਰੇ ਚ ਬੜਾ ਵੱਜਦੀ ਹੋਈ ਆ, ਦਰਸ਼ਕ ਮੈਨੂੰ ਗਾਲ ਪੈਂਦੇ ਹੋਏ, ਬੋਡੀ ਗਾਰਡ ਪਲੀਜ਼ ਇਹਨਾਂ ਨੂੰ ਸਾਹਮਣੇ ਖੜਾ ਦੇ, ਬੋਡੀ ਗਾਰਡ ਇਨਵਿਜ਼ੀਬਲ ਆ, ਦੇਖ ਨਹੀਂ ਰਹੇ ਹੁਣੇ ਤੁਹਾਨੂੰ, ਸਾਨੂੰ ਵੀ ਨਹੀਂ ਦਿਖ ਰਹੇ ਵੈਸੇ ਤਾਂ, ਉਹ ਨਾ ਥੋੜਾ ਗਏ ਆ ਚਾਹ ਪਾਣੀ ਪੀ। ਤੇ ਆਪਾਂ ਡਰਨਾ ਨਹੀਂ ਗਿਆ ਤੂੰ, ਇੱਥੇ ਕੋਈ ਵੀ ਨਹੀਂ ਹੈਗਾ, ਇੱਥੇ ਡਰਨਾ ਨੀ ਤੁਸੀਂ, ਮੈਨੂੰ ਕਿਸੇ ਦਾ ਡਰ ਨੀ ਹੈਗਾ ਇੱਥੇ ਅਮਰੀਕਾ। ਨਹੀਂ ਇਹ ਗਵੰਡ ਨਾ ਡੇ, ਇਹਨਾਂ ਨੇ ਥੋੜਾ ਨਾ ਇੱਥੇ ਮਰ ਕੇ ਭੱਜ ਆਉਂਦੇ ਆ ਭੈਣ ਜੀ ਤੁਸੀਂ। ਹਾਂਜੀ ਗਾਇਸ, ਉਹ ਨਾ ਸਾਡੇ ਨਾ ਘਰ ਲੱਗ ਗਿਆ ਨਾ ਥੋੜੇ ਨਾ ਸੀਰੀਅਸ ਸੀਰੀਅਸ ਕੰਡੀਸ਼ਨ ਵਾਲੇ ਆ, ਤੇ ਉਹ ਆ ਜਾਂਦੇ ਕਈ ਵਾਰੀ, ਤੇ ਉਹ ਮੈਨੂੰ ਆਪਣਾ ਉਹਨਾਂ ਨੂੰ ਹੈਂਡਲ ਕਰਨਾ ਪੈਂਦਾ ਵਾ। ਤੇ ਚਲੋ ਸਵਾਲ ਆਪਣਾ ਤੀਜਾ ਰਹਿ ਗਿਆ, ਸੋਰੀ। ਤੇ ਮੇਰਾ ਆਖਰੀ ਐਂਡ ਰੋਮਾਂਚਿਕ ਸਵਾਲ ਤੁਹਾਡੇ ਲਈ ਤੁਹਾਡੇ ਲਈ ਤੁਹਾਡੇ ਲਈ, ਤੇ ਅਭੀ ਤੁਸੀਂ ਤੇ ਕਰਨਵੀਰ ਕਦੀ ਤੁਹਾਨੂੰ ਘਰ ਦੇ ਵਿੱਚ ਗਲਤ ਵਰਡਿੰਗ ਯੂਜ਼ ਕੀਤੀ ਹੋਵੇ? ਨਹੀਂ। ਦੋ ਫਾਲਸ ਐਂਡ ਵਨ ਟਰੂ, ਤੇ ਤੁਹਾਨੂੰ ਮਿਲਦੀ ਹੈ ਪਨਿਸ਼ਮੈਂਟ, ਮੈਂ ਜਿਹੜੀਆਂ ਆਖੀਆਂ ਸੀ, ਇੱਕ ਤਾਂ ਤੁਸੀਂ ਇਹਨਾਂ ਦੀ ਤਾਰੀਫ ਕਰਨੀ, ਤੇ ਇੱਕ ਤੁਸੀਂ ਪੰਜ ਬੈਠਕਾਂ ਨੂੰ, 10 ਬੈਠਕਾਂ ਲਾਉਣੀਆਂ, ਤੇ ਤੁਸੀਂ ਕਿਹਨੂੰ ਚੂਜ਼ ਕਰੋਗੇ? ਬੈਠਕਾਂ ਸਹੀ, ਬੈਠਕਾਂ ਮਤਲਬ ਤਾਰੀਫ ਕਰਨੀ, ਤਾਰੀਫ ਕਰਨੀ ਨਹੀਂ ਬਾਈ, ਤਾਰੀਫ ਕਰਨੀ ਆ। ਤੇ ਚਲੋ ਬੜੀ ਵਧੀਆ ਕੁੜੀ ਆ, ਵਾਹ, 1 ਪੁਆਇੰਟ, ਬਹੁਤ ਕਰਮਾਂ ਵਾਲੀ ਕੁੜੀ ਆ, 2 ਪੁਆਇੰਟ, ਬਹੁਤ ਕੇਅਰ ਕਰਦੀ ਆ, 3 ਪੁਆਇੰਟ, ਬਹੁਤ ਪੱਟ ਸ਼ੋਅ ਨਹੀਂ ਕਰਦੀ, 4 ਪੁਆਇੰਟ, ਫੈਮਿਲੀ ਚ ਬਟ ਸ਼ੋਅ ਨਹੀਂ ਕਰਦੀ, ਫਿਰ ਕੀ ਕਰਨਾ ਚਾਹਵਾਨ ਹੋਵੋਗੇ ਤੁਸੀਂ?
ਤਾਰੇ ਬੈਠੇ ਤਾਰੇ ਤਾਂ ਹੀ ਸੌਖੀ ਲੱਗਦੀ ਹੈ ਨਾ ਤੇ ਦੂਜੀ ਪਨਿਸ਼ਮੈਂਟ ਤੁਸੀਂ ਗੇੜਾ ਲਾਉਣਾ ਕਿੱਥੇ ਤੂਰ ਗੋਠੂ ਲੈ ਕੇ ਥੱਲੇ ਤੱਕ ਥੱਲੇ ਹੁੰਦੇ ਤੱਕ ਆਏ ਨਹੀਂ ਮੈਂ ਨਹੀਂ ਥੱਕ ਜਾਂਦੀ ਮੈਂ ਥੱਕ ਜਾਂਦੀ ਮੈਂ ਸੂਲ ਬਹੁਤ ਹੈ ਸੂਲ ਕੋਈ ਨਹੀਂ ਕਰਮਜੀਤ ਬਾਰੇ ਸਵਾਲ ਤੇ ਜੇ ਹਾਰ ਗਏ ਤੇ ਫਿਰ ਤੁਹਾਨੂੰ ਤਾਰੀਫ ਕਰਨੀ ਪੈਣੀ ਫੁੱਲ ਵੱਡਾ ਫੁੱਲ ਵੀ ਨੈਕਸਟ ਲੈਵਲ ਵਾਲੀ ਠੀਕ ਹੈ ਜੀ ਚਲੋ ਥੋੜਾ ਲੱਗ ਗਿਆ ਭਾਬੀ ਲੜੇ ਥੋੜਾ ਹੋਰ ਆ ਜਾਓ ਮੈਨੂੰ ਕੈਮਰਾ ਸੈਟਿੰਗ ਕਰ ਲੈਂਦਾ ਬਸ ਠੀਕ ਹੈ ਉਹ ਮੇਰਾ ਕੈਮਰਾਮੈਨ ਗਿਆ ਹੋਇਆ ਛੁੱਟੀ ਦਰਅਸਲ ਓਕੇ ਯੂ ਨੋ ਅਤੇ ਬਾਈ ਕਦੇ ਤੁਹਾਨੂੰ ਆਪਾਂ ਪੁੱਛਣਾ ਭਾਬੀ ਬਾਰੇ ਪੁੱਛਣਾ ਹੈ ਨਾ ਮੈਨੂੰ ਚੇਤਾ ਭੁੱਲ ਜਾਂਦਾ ਮੈਨੂੰ ਦੱਸ ਦਿਆ ਕਰੋ ਵਿੱਚੋਂ ਵਿੱਚ ਦੱਸ ਦਿਆ ਕਰੋ ਮੇਰੇ ਨਾ ਦਵਾਈ ਚੱਲ ਰਹੀ ਹੈ ਨਹੀਂ ਉਹ ਦਵਾਈ ਨਾ ਅਸਲ 'ਚ ਆਪਣੀ ਚੱਲ ਗਈ ਉੱਥੇ ਉੱਥੇ ਚਲੋ ਇਹ ਕਦੇ ਤੁਹਾਨੂੰ ਭਾਬੀ ਕੋਲੋਂ ਮਿਲਣਾ ਪਿਆ ਹੋਵੇ ਫੈਮਿਲੀ ਦੇ ਵਿੱਚ ਜ਼ੋਰਦਾਰ ਨਹੀਂ ਇੱਦਾਂ ਦੇ ਕੰਮ ਹੀ ਨਹੀਂ ਕੀਤੇ ਕਦੀ ਫੋਲਸ ਅਤੇ ਦੂਜਾ ਸਵਾਲ ਮੇਰਾ ਕਿਹੜਾ ਹੈ ਹਾਂਜੀ ਗਾਇਸ ਮੈਂ ਆ ਗਿਆ ਸਾਡੇ ਸਾਹਮਣੇ ਅਤੇ ਨੈਕਸਟ ਸਵਾਲ ਹਾਂਜੀ ਇਹ ਥੋੜ੍ਹਾ ਨੈਕਸਟ ਲੈਵਲ ਵਾਲਾ ਵਾ ਅਤੇ ਜਿਹੜਾ ਵੀ ਮੇਰਾ ਹੱਥ ਹੱਸਦਾ ਹੱਸਦਾ ਕੋਈ ਡਿੱਗ ਗਿਆ ਅਤੇ ਸਾਨੂੰ ਨਾ ਗਿਓ ਕਦੀ ਵੀ ਭਾਬੀ ਨੂੰ ਤੁਸੀਂ ਵਿਆਹ ਤੋਂ ਬਾਅਦ ਚੋਰੀ ਚੂਹੇ ਕੱਢਦੇ ਨਹੀਂ ਸਾਹਮਣੇ ਕੱਢਣ ਸਾਹਮਣੇ ਕੱਢ ਲੈਂਦੇ ਨਹੀਂ ਤੀਜਾ ਸਵਾਲ ਮੇਰਾ ਤੁਹਾਡੇ ਸਾਹਮਣੇ ਪਿਆ ਆ ਤੁਸੀਂ ਵੇਖ ਸਕਦੇ ਜੇ ਨਹੀਂ ਪਿਆ ਮੈਂ ਰੱਖ ਦਿੰਦਾ ਤੁਹਾਡਾ ਕੋਈ ਜੀ ਨਹੀਂ ਕਰਦਾ ਭਾਵੇਂ ਚੰਗਾ ਝੋਨਾ ਇਸ ਤਰ੍ਹਾਂ ਫੜ ਕੇ ਰੋਲਣਾ ਹੈ ਜੂੰਡੇ ਵੜ ਕੇ ਮਤਲਬ ਕਿੱਦਾਂ ਘੁਮਾ ਲਾ ਮਤਲਬ ਬਹੁਤ ਜ਼ਿਆਦਾ ਬਈ ਚਲੋ ਗਾਇਸ ਉਸ ਆਪਣੇ ਸਵਾਲ ਦੇ ਨਾਲ ਲੜਨ ਡਿਆ ਪਿਆ ਤੁਹਾਨੂੰ ਜੇ ਇੱਦਾਂ ਦੇ ਬਲੌਗ ਵਧੀਆ ਲੱਗੇ ਤੇ ਜ਼ਰੂਰ ਦੱਸੋ ਕਮੈਂਟਾਂ ਦੇ ਵਿੱਚ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਇਹ ਲੜ ਪਿਆ ਓਕੇ ਬਾਏ ਗਾਇਸ ਲਵ ਯੂ ਆਲ